ਅਸਲਾਮੁਅਲੈਕਮ ਵਾਲੇਕਮ ਸਲਾਮ ਵਾਹ ਵੀ ਵਾਹ ਦੇਖੋ ਵੀ ਰੱਬ ਨੇ ਕੈਸੀ ਰੌਣਕ ਲਾਤੀ ਇਕੱਠੀ ਕਰਤੀ ਦੇਖੋ ਜੀ ਮੈਂ ਕਹਿੰਦਾ ਜੀ ਮਹਤਾਬ ਦੀਨ ਜੀ ਤੁਸੀਂ ਦੁਆਵਾਂ ਮੰਗਦੇ ਹੁੰਦੇ ਸੀ ਹਾਂਜੀ ਕਿ ਇਹ ਪਰਿਵਾਰ ਜਿਹੜਾ ਨਾ ਇਵੇਂ ਹੱਸਦਾ ਵਸਦਾ ਰਹੇ ਤੇ ਰੌਣਕਾਂ ਹੋਣ ਜੀ ਆ ਤੇ ਵੇਖੋ ਅੱਜ ਕਰਮਾਂ ਵਾਲਾ ਦਿਨ ਹੈ ਜੀ ਆ ਕਿ ਅੱਜ ਵੇਖੋ ਇੱਧਰ ਤੁਸੀਂ ਕੌਸਰੀ ਆਈ ਹੈ ਕੌਸਰੀ ਜੀ ਹਾਂ ਹਾਂਜੀ ਇੱਧਰ ਵੇਖੋ ਜਰਾ ਰਾਣੀ ਹੋਣਾ ਨੂੰ ਹਾਂ ਰਾਣੀ ਰਾਣੀ ਤੇ ਮੇਰੇ ਵੱਲੇ ਸ਼ਹਿਰ ਆਉਣ ਜਾਣ ਰੱਖਿਆ ਤੇ ਅੱਜ ਇੱਥੇ ਮੇਰੇ ਵੱਲੇ ਸਾਡੇ ਡੇਰੇ ਤੇ ਬੜੀ ਖੁਸ਼ ਸੀ ਬੜੀ ਖੁਸ਼ ਸੀ ਕਹਿੰਦੀ ਕਿ ਹੁਣ ਮੈਨੂੰ ਸ਼ਹਿਰ ਆਉਣ ਦਾ ਨਾ ਚੰਗੀ ਤਰ੍ਹਾਂ ਮੌਕਾ ਮਿਲ ਗਿਆ ਤੇ ਇੱਧਰ ਨੂਰ ਬੀਬੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਨੂਰ ਬੀਬੀ ਜੀ ਦੇਖੋ ਨੂਰ ਚਿਹਰੇ ਤੋਂ ਲੱਗਦਾ ਰੱਬ ਤੈਨੂੰ ਹਯਾਤੀਆਂ ਦੇਵੇ ਤੁਸੀਂ ਲੋਕਾਂ ਨੂੰ ਏਡਾ ਖੁਸ਼ ਰੱਖਿਆ ਹੋਇਆ ਲੋਕਾਂ ਦੇ ਕਲੇਜਿਆਂ ਚ ਠੰਡ ਪਾਉਂਦੇ ਹੋ ਲੋਕਾਂ ਦੇ ਭਲੇ ਕਰਦੇ ਹੋ ਉਹਨਾਂ ਦੇ ਮਸਲਿਆਂ ਦੇ ਹੱਲ ਕੱਢਦੇ ਹੋ ਰੱਬ ਤੁਹਾਨੂੰ ਕਦੀ ਕੋਈ ਮਸਲਾ ਨਾ ਪਾਵੇ ਅੱਲਾਹ ਤੁਹਾਡੀ ਵੀ ਖੈਰ ਕਰੇ ਆਮੀਨ ਤੁਸੀਂ ਵੀ ਮਸਮੀਆਂ ਦਾ ਜ਼ਿਕਰ ਆਈ ਅੱਛਾ ਮਸਮੀ ਉਹ ਐਵੇਂ ਨਾ ਕੌਂਸਰੀ ਮੈਂ ਕਹਿੰਦਾ ਕਿ ਜਿੰਨੀਆਂ ਬੀਬੀਆਂ ਨੇ ਜ਼ਹੀਨ ਤਰੀਨ ਬੀਬੀ ਹੈ ਕੌਂਸਰੀ ਇਹ ਗੱਲ ਚੋਂ ਗੱਲ ਕੱਢਣ ਦਾ ਵੱਲ ਸਿੱਖਣਾ ਹੋਵੇ ਤਾਂ ਕੌਂਸਰੀ ਕੋਲ ਸਿੱਖੋ ਮੈਂ ਆਖਿਆ ਇਸਮ ਬਾ ਮਸਮਾ ਇਸਮ ਬਾ ਮਸਮਾ ਉਹ ਹੁੰਦਾ ਕਿ ਜਿੱਦਾਂ ਦਾ ਨਾਂ ਹੋਵੇ ਓਦਾਂ ਦੀ ਸ਼ਕਲ ਜਾਂ ਕੰਮ ਹੋਣ ਇਹ ਨਾ ਹੋਵੇ ਕਿ ਨਾਮ ਰੱਖਿਆ ਹੋਵੇ ਚਿਰਾਗ ਬੀਬੀ ਤੇ ਨਜ਼ਰੇ ਨਾ ਹੈ ਕਿੱਥੇ ਇਹ ਇਸਮ ਬਾਬ ਸਭ ਨੂਰ ਬੀਬੀ ਤੁਸੀਂ ਆਖਿਆ ਨਾ ਜੀ ਨੂਰ ਬੀਬੀ ਹੈ ਜੀ ਨੂਰ ਲੱਗਦਾ ਨੂਰ ਦਿਸਦਾ ਜੀ ਨੂਰ ਦਿਸਦਾ ਔਰ ਫਿਰ ਮੇਰਾ ਮੱਲੋ ਜਿਸਲੇ ਸਰਾਇਕੀ ਚ ਗੱਲ ਕਰਦੇ ਨਾ ਜੀ ਹਾਂਜੀ ਇਹ ਨੂਰ ਬੀਬੀ ਜੀ ਔਰ ਆਪਸ ਚ ਬਹਿ ਕੇ ਜਿਸਲੇ ਇੱਕ ਦੂਜੇ ਦੀ ਗੱਲ ਸੁਣਦੇ ਆ ਇੱਕ ਦੂਜੇ ਨੂੰ ਗੱਲ ਸੁਣਾਉਂਦੇ ਆ ਤੇ ਮਸਲੇ ਸਾਰੇ ਫਿਰ ਕੌਸਰੀ ਕਰਦੀ ਹੱਲ ਬੁੜੀਆਂ ਦੇ ਸਾਰੀਆਂ ਜਨਾਨੀਆਂ ਦੇ ਨਾ ਮਤਾਬ ਦੀਨਾ ਜੀ ਇਹ ਤੇ ਤੁਹਾਡੇ ਕੋਲੋਂ ਸਿੱਖਿਆ ਉਹ ਠੀਕ ਪਹਿਲਾਂ ਮੈਨੂੰ ਇਹ ਤੇ ਦੱਸੋ ਤੁਸੀਂ ਇਹ ਸਾਰਾ ਇਕੱਠ ਜਿਹੜਾ ਕੀਤਾ ਏ ਪਹਿਲਾਂ ਇਹ ਤੁਸੀਂ ਸੁਣਾਉਂਦੇ ਸੋ ਹੁਣ ਇਹ ਤੁਸੀਂ ਲੋਕਾਂ ਨੂੰ ਵਿਖਾਉਣ ਵਾਲਾ ਕੀ ਕੰਮ ਕੀਤਾ ਏ ਉਹਦੀ ਵਜ੍ਹਾ ਜੀ ਵਕਤ ਆ ਗਿਆ ਜਿਹੜਾ ਸੋਸ਼ਲ ਹੈ ਨਾ ਜੀ ਮੀਡੀਆ ਸੋਸ਼ਲ ਮੀਡੀਆ ਜੀ ਇਹ ਸੋਸ਼ਲ ਮੀਡੀਆ ਜਿਹੜਾ ਨਾ ਜੀ ਉਹ ਹਰ ਘਰ ਚ ਪਹੁੰਚਦਾ ਤੇ ਹਰ ਘਰ ਜਿਹੜਾ ਮੇਰਾ ਰੇਡੀਓ ਸੁਣਦਾ ਪ੍ਰੋਗਰਾਮ ਮੈਨੂੰ ਅੱਜ 53 ਸਾਲ ਹੋ ਗਿਆ ਮਹਤਾਬ ਦੀਨ ਦੀ ਥਾਂ ਤੇ ਮੈਂ ਮਹਤਾਬ ਦੀਨ ਹਾਂ ਅਗਰ ਤੇ 53 ਸਾਲ ਤੋਂ ਤੇ ਹੁਣ ਇਹ ਮੈਨੂੰ ਸੁਣਦੇ ਸਨ ਤੇ ਹੁਣ ਵੇਖਣ ਵੀ ਤੇ ਜਿਲੇ ਮੈਨੂੰ ਵੇਖਣਾ ਤੇ ਸਖੀਆਂ ਵੀ ਨਾਲ ਵੇਖਣ ਇਹ ਕਿਹੜੀ ਗੱਲ ਆ ਤੁਸੀਂ ਵੀ ਤੇ ਮਸਲੇ ਹੱਲ ਕਰਦੀਆਂ ਨਾ ਆਪਸ 'ਚ ਇੱਕ ਦੂਜੇ ਦੇ ਕੰਮ ਆਉਂਦੀਆਂ ਸਾਰੇ ਪਿੰਡ 'ਚ ਸਾਰੇ ਸਾਡੇ ਡੇਰੇ ਤੋਂ ਇਲਾਵਾ ਤੁਸੀਂ ਇਹੋ ਹੀ ਕੰਮ ਕਰਦੀ ਹੋ ਮੈਂ ਤੇ ਭਾਅ ਜੀ ਦੇ ਹੁਣ ਵਾਲ ਨਵੇਂ ਲਵਾਉਣੇ ਨੇ ਪਹਿਲਾਂ ਕਿਉਂਕਿ ਬੋਲਦੇ ਸਨ ਤੇ ਭਾਅ ਜੀ ਦਾ ਏਡਾ ਮੂੰਹ ਮੱਥਾ ਨਜ਼ਰ ਨਹੀਂ ਸੀ ਆਉਂਦਾ ਹੁਣ ਤੇ ਨਜ਼ਰ ਆਉਣਾ ਹੈ ਭਾਅ ਜੀ ਹੁਣ ਤੁਹਾਨੂੰ ਮੈਂ ਤੇਲ ਬਣਾ ਕੇ ਦਿਆਂਗੀ ਵਿੱਚ ਨਾ ਪਿਆਜ਼ ਨਹੀਂ ਹੁੰਦੇ ਗੰਢੇ ਗੰਢਿਆਂ ਦਾ ਪਾਣੀ ਪਾ ਕੇ ਦਿਆਂਗੀ ਉਹਦੇ ਨਾਲ ਵਾਲ ਨਹੀਂ ਜੇ ਡਿੱਗਦੇ